Welcome to my channel. ਹਾਂਜੀ ਸਤਿ ਸ਼੍ਰੀ ਅਕਾਲ। ਕੱਲ ਮੈਂ ਲੈ ਕੇ ਆਇਆ ਆਈਫੋਨ 14 ਪ੍ਰੋ ਮੈਕਸ, ਕਿਉਂਕਿ ਰਮਣੇ ਨੇ ਆਪਾਂ ਨੂੰ ਜਵਾਬ ਦਿੱਤਾ ਸੀ, ਕਹਿੰਦੀ ਮੈਂ ਫੋਨ ਆਈਫੋਨ ਆਪਦਾ ਨਹੀਂ ਦੇ ਸਕਦੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਦੋਸਤੋ, ਤੇ ਆਪਾਂ ਵੀ ਫਿਰ ਤੁਹਾਨੂੰ ਪਤਾ ਪਹਿਲਾਂ ਤੇ ਮਜਬੂਰੀ ਸੀ। ਮਜਬੂਰੀ ਤਾਂ ਕਿਹੜੀ ਸੀ, ਆਪਣੇ ਕੋਲ ਤੁਹਾਨੂੰ ਦਿਖਾਉਣਾ ਕਿਹੜਾ ਹੈਗਾ, ਆਪਣੇ ਕੋਈ ਮਹਿੰਗੇ ਵਾਲਾ ਮੈਂ ਕੰਮ ਤੇ ਜਾਣਾ ਹੁੰਦਾ ਸੀ ਤੇ ਫਿਰ ਮੇਰੇ ਕੋਲ ਫੋਨ ਮੰਗਦਾ ਸੀ, ਇਟ ਵਾਸ ਨਾਟ ਪੋਸੀਬਲ। ਬਸ ਇੰਨੀ ਕੁ ਆਉਂਦੀ ਉਹਨੂੰ, ਇੱਦੋ ਵਾਰ ਇੰਗਲਿਸ਼ ਆਉਂਦੀ ਨਹੀਂ। ਅਤੇ ਸੋ ਯੂ ਕੈਨ ਸੀ ਲਾਈਕ ਹਾਊ ਆਈ ਕੈਨ ਸਪੀਕ ਇੰਗਲਿਸ਼ ਇਨ ਫਰੰਟ ਆਫ ਯੂ ਐਨੀਵਨ। ਸੋ ਹਾਂ, ਅਤੇ ਅੱਜ ਤੁਹਾਨੂੰ ਦਿਖਾਊਂਗਾ ਮੈਂ ਕਿੱਦਾਂ ਕਿੱਦਾਂ ਓਪਰੇਟ ਕਰਦਾ ਸੋਹਣਿਆ, ਕੀ ਤੜਕੇ ਮੋਰਨਿੰਗ ਬਣਦਾ ਬ੍ਰੇਕਫਾਸਟ ਦੇ ਵਿੱਚ। ਸੋ ਲੈਟਸ ਸੀ ਟੈਂਟੜੇ। ਇਹ ਆ ਕੀ ਆ, ਇਹ ਆ ਓਟਸ, ਇਹ ਆ ਕੌਫੀ, ਜੂਮ ਹੁੰਦਾ ਮਰੋ ਨਹੀਂ, ਇਹ ਆ ਬ੍ਰੈਡ, ਬ੍ਰੈਡ ਬ੍ਰੈਡ ਜੂਸ। ਕੌਫੀ ਆਪਦੇ ਲਈ ਬਣਾਈ ਸੀ ਬਟ ਅਫਸੋਸ ਵੀ ਕਹਿ ਲਾ ਟਾਈਮ ਹੈ ਨਹੀਂ, ਫਿਰ ਮੈਂ ਜੂਸ ਤੇ ਬ੍ਰੈਡ ਓਨਲੀ। ਆਈ ਭੁੱਖੀ ਮਰਦੀ ਹੈ, ਆਪਾਂ ਤਾਂ ਖਾ ਲਈਦਾ, ਸਾਨੂੰ ਪਤਾ ਬਹੁਤ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ। ਰੋਟੀ ਨਹੀਂ ਖਾਧੀ ਨੇ ਕਿਉਂਕਿ ਇਹ ਬਰਗਰ ਪੀਜ਼ੇ ਖਾਂਦੀ ਨੇ ਜੀ, ਆਪਾਂ ਰੋਟੀ ਦੇ ਨਾਲ ਹੀ ਢਿੱਡ ਭਰੀ ਦਾ। ਘਰ ਤੋਂ ਬਾਹਰ ਰਹਿੰਦੀ ਆ ਤਾਂ ਕਰ ਮੈਂ ਘਰੇ ਬਹੁਤ ਘੱਟ ਹੁੰਦੀ ਆ। ਦੇਖ ਲੂ, ਟਰਾਈ ਟੂ ਅੰਡਰਸਟੈਂਡ ਵਟ ਸੀ ਸਿੰਗ। ਹੋਰ ਵੀ ਫੋਨ ਆ, ਉਹਦਾ ਨਾਮ ਹੈਗਾ, ਆਪਣੇ ਕੋਲ ਦੋ ਫੋਨ ਹੋ ਗਿਆ, ਆਈਫੋਨ 14 89 ਰਹਿਣੇ ਵਾਲਾ ਤਾਂ ਟੇੜੇ, ਅਤੇ ਆਪਣੇ ਕੋਲ ਇੱਕ ਹੋਰ ਆ, ਉਹ ਆਪਾਂ ਓਫਿਸ਼ਲੀ ਵਰਤ ਨਹੀਂ ਰੱਖਿਆ, ਲਾਈਕ ਜਿੱਦਾਂ ਕਿ ਮੈਂ ਪੋਸਟ ਆਫਿਸ ਜਾਇਆ ਕਰੂੰਗਾ ਉੱਥੇ ਕੰਮ ਲਈ, ਅਤੇ ਇਹਦੇ ਨਾਲ ਬਣਾਇਆ ਕਰਾਂਗੇ ਵਲੌਗ। ਹੁਣ ਛੱਡ ਕੇ ਆਵਾਂਗੇ ਰਮਣੇ ਨੂੰ ਕਿਉਂਕਿ ਟਾਈਮ ਰਮਣੇ ਦਾ ਹੋਇਆ ਪਿਆ। ਇਹਦੀ ਆਉਣੀ 8:19 ਦੀ ਟ੍ਰੇਨ ਆਉਣੀ ਆ। ਚਲੋ ਬਹੁਤ ਪਏ ਆ ਸਰ, ਜੇ ਮੈਂ ਤੁਹਾਨੂੰ ਦਿਖਾਵਾਂ ਇੱਕ ਆਈ ਦਿਖਾਉਣ, ਇਸ ਤਰ੍ਹਾਂ ਦਾ ਰੂਮ ਦਾ ਹਾਲ, ਅਜੇ ਇਹਦੀ ਸਫਾਈ ਕਰਨੀ ਅਤੇ ਹਜੇ ਕੱਪੜੇ ਵੀ ਧੋਣੇ ਲਾਉਣੇ, ਹਜੇ ਥੱਲੇ ਬਥੇਰਾ ਭਾਂਡੇ ਮਾਂਜਣ ਵਾਲੇ ਪਏ। ਕਮਾਈ ਕਮੂਈ ਦਾ ਕਿਹੜੀ, ਆਹੀ ਕੋ ਚੱਲੀ ਜਾਂਦਾ, ਇੱਥੇ ਰੈਂਟ ਭਰ ਲਿਆ ਭਾਂਡੇ ਮਾਂ ਤੇ। ਚੱਲ ਮੇਰਾ ਵੀਰ ਥੱਲੇ ਦਿਖਾਉਣਾ ਸਾਨੂੰ ਕੌਫੀ ਅਤੇ ਆਪਣੇ ਜਿਹੜੇ ਓਟਸ ਸੀ ਉਹਨਾਂ ਨੇ ਛੱਡ ਕੇ ਆ ਗਏ ਆਪਾਂ। ਮੰਜਦੇ ਪੈਣੇ ਆ, ਚਲੋ ਮੰਜ ਲੈਣੇ। Artlist.io Music licensing reimagined. ਮੇਰਾ ਕੰਮ ਤਾਂ ਨਿਬੜ ਗਿਆ ਅਤੇ ਹੁਣ ਰਹੇ ਕੱਪੜੇ, ਕੱਪੜੇ ਧੋਤੇ ਜਾਣਗੇ। ਜਿੰਮ ਸ਼ਾਮ ਨੂੰ ਚੱਲੀਏ ਕਿ ਹੁਣ ਕੀ ਸਮਾਂ ਹੋ ਗਿਆ, 9 ਵੱਜ ਗਏ, ਹੁਣ ਕੰਮ ਨਿਬੇੜ ਹੀ ਜਾਣਾ ਜਿੰਮ ਦਾ, ਅਤੇ ਯਾਰ ਉਹ ਫਿਰ ਆ ਕੇ ਲੱਗਦੇ ਹਾਂ ਉਬਰ ਈਟਸ ਕਰਨ। ਚਲੋ ਬਈ, ਇਹ ਤਾਂ ਭੁੱਲੀ ਗਈ ਸੀ, ਇਹ ਵੀ ਅਜੇ ਕਰਨਾ। ਡਾਟਾ ਕਿਉਂ ਉਹਨਾਂ ਦਾ ਆਪਣੇ ਕੋਲ ਭੰਡਾਰ, 1, 2, 3, 4, 5, 6, 7 ਹਜੇ ਇੱਕ ਰਮਣੇ ਲੈ ਕੇ ਗਈ ਆ ਨਵੇਂ ਆਪਣੇ ਫੋਨ ਦੀ। ਦੋ ਆਈਫੋਨ
ਹੁਣ ਚੱਲ ਜਿੰਮ ਚੱਲਦੇ ਹਾਂ, ਸਮਾਂ ਹੋ ਗਿਆ 10:10 ਅਤੇ ਜਿੰਮ ਤੋਂ ਆ ਕੇ ਉਪਰੇਟ ਕਰਾਂਗੇ। ਜਿਵੇਂ ਅੱਜ ਸੰਡੇ ਸੀਗਾ, ਸੰਡੇ ਨੂੰ ਸਫਾਈ ਕਰਨੀ ਹੁੰਦੀ ਆ, ਇੱਕ ਵੀਕਐਂਡ ਅਸੀਂ ਕਰਨੀ ਹੁੰਦੀ ਅਤੇ ਇੱਕ ਵੀਕਐਂਡ ਬਾਈ ਵਰਗਾ ਨੇ ਕਰਨੀ ਹੁੰਦੀ। ਹੁਣ ਤਾਂ ਚਲੋ ਉਹ ਚਲੇ ਗਏ, ਪੰਜਾਬ ਚਲੇ ਗਏ, ਅਤੇ ਇਸ ਤੋਂ ਬਾਅਦ ਜਿੰਮ ਚੱਲਦੇ ਹਾਂ, ਜਿੰਮ ਤੋਂ ਬਾਅਦ ਕਰਾਂਗੇ ਉਪਰੇਟ, ਅਤੇ ਉਸ ਤੋਂ ਬਾਅਦ ਦੇਖੋ ਕੀ ਬਣਦਾ। ਐਤਵਾਰ ਹੁੰਦਾ ਨਾ, ਐਤਵਾਰ ਨੂੰ ਜਦੋਂ ਬੰਦਾ ਘਰ ਰਹਿ ਜਾਂਦਾ, ਪਹਿਲੀ ਗੱਲ ਤਾਂ ਜਿੱਦਾਂ ਕੰਮ ਕਾਰ ਰਹਿ ਜਾਣਾ ਹੁੰਦਾ, ਉਦੋਂ ਤਾਂ ਬੰਦਾ ਤੜਕੇ ਸਵੇਰੇ 6:30-6:30 5 ਤੁਰ ਪੈਂਦਾ ਵਗ ਜਾਂਦਾ। ਜਿੱਦਾਂ ਐਤਵਾਰ ਹੁੰਦਾ ਉਦੇ ਬੰਦੇ ਨੂੰ 10:10-11:12 ਵੀ ਵੱਜ ਜਾਂਦਾ, ਦਿਨ ਵੀ ਉਹੀ ਲੰਘੀ ਤੁਰੀ ਜਾਂਦਾ ਉਦੇ, ਅਤੇ ਨਾ ਹੀ ਉਦੇ ਜੀਅ ਜਾ ਲੱਗੇ ਉਦੇ, ਫਿਰ ਐਂ ਜਹਾਜ ਆਉਣ ਲੱਗ ਜਾਂਦੇ, ਸਾਰਾ ਕੁਛ ਹੀ ਪਿੰਡ ਦੇ ਜਹਾਜ ਆਉਣ ਲੱਗ ਜਾਂਦੇ, ਘਰ ਦੇ ਜਹਾਜ ਆਉਣ ਲੱਗ ਜਾਂਦੇ ਆ। ਕੰਮ ਕਾਰ ਤਾਂ ਨਹੀਂ ਬੰਦੇ ਨੂੰ ਪਤਾ ਲੱਗਦਾ, ਸਾਰੇ ਇੱਥੇ ਕੰਮਾਂ ਕਾਰਾਂ 'ਚ ਬਿਜ਼ੀ ਹੋ ਜਾਂਦੇ ਹੈਗੇ, ਅਤੇ ਉਦੋਂ ਦਾ ਫਿਰ ਵਧੀਆ ਚਾਹ ਸਮਾਂ ਲੰਘ ਜਾਂਦਾ, ਸਿਗੜ ਕੇ ਲੰਘ ਜਾਂਦਾ ਸਮਾਂ ਉਹਨਾਂ ਨਾਲ। ਅਤੇ ਅਦਰਵਾਈਜ਼ ਸੰਡੇ ਅਤੇ ਸੈਟਰਡੇ, ਜਿਵੇਂ ਸੈਟਰਡੇ ਸੰਡੇ ਮੈਨੂੰ ਛੁੱਟੀ ਹੁੰਦੀ ਹੈ ਪੋਸਟ ਆਫਿਸ 'ਚੋਂ, ਅਤੇ ਉਸ ਦਿਨ ਮੈਂ ਉਬਰੀਡ ਕਰ ਲੈਂਦਾ ਹੁੰਦਾ। ਪਰ ਉਬਰੀਡ 'ਚ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ, ਉਹਦੇ ਵਿੱਚ ਇਸ ਤਰ੍ਹਾਂ ਜਿਵੇਂ ਮੰਨ ਲਓ ਉੰਨੀ ਕੁ ਸਹਾਈ ਹੋ ਜਾਂਦੀ ਆ, ਟਾਇਰ ਘਰ ਜਾਂਦੇ ਆ, ਤੇਲ ਮੱਚੇ ਆਉਂਦਾ ਹੈਗਾ, ਅਤੇ ਸਰਵਿਸ ਦੇ ਕੋਈ ਜ਼ਿਆਦਾ ਉਹ ਨਹੀਂ ਗਾ। ਇਹ ਤੋਂ ਬੈਟਰ ਉਹੀ ਆ, ਹੁਣ ਜਿਵੇਂ ਕੰਮ ਹੀ ਲੱਭੀ ਜਾਂਦਾ ਮੈਂ 2 ਦਿਨ ਲਈ, ਇਹ ਤੋਂ ਬੈਟਰ ਆਇਆ ਜਿਵੇਂ ਹੁਣ 2 ਦਿਨ ਹੁਣ ਛੁੱਟੀ ਆ, 2 ਦਿਨ ਕੰਮ ਲੱਭ ਲਏ, ਅਤੇ ਉਹਦੇ ਵਿੱਚ ਜ਼ਿਆਦਾ ਉਹ ਆ। ਜਿਵੇਂ ਹੁਣ ਮੈਂ 2 ਦਿਨ ਮੰਨ ਲਓ ਉਬਰੀਡ ਕੀਤੀ, ਕੱਲ੍ਹ ਵੀ ਮੰਨ ਲਓ 57 ਵੀ ਬਣੇ, 57 ਪਤਾ ਨਹੀਂ 75 5-6 ਘੰਟਿਆਂ ਦੇ, ਅਤੇ ਕਿੱਥੇ ਜੇ ਬੰਦਾ ਕੰਮ ਕਰ ਲਏ $25 ਦੇ ਵੀ ਕੀਤਾ, 9 ਘੰਟੇ ਕੰਮ ਕੀਤਾ, $225 ਬਣ ਜਾਂਦੇ ਇੱਕ ਦਿਨ ਦੇ, ਅਤੇ 2 ਦਿਨਾਂ ਦੇ ਵਧੀਆ 450 ਇਸ ਤਰ੍ਹਾਂ ਦੇ ਬਣ ਜਾਂਦੇ ਆ। ਇਹ ਤੋਂ ਵਧੀਆ ਆਏ ਆ ਜੇ ਬੰਦੇ ਕੋਲ ਛੁੱਟੀ ਹੁੰਦੀ ਉਸਦੇ, ਜਿਵੇਂ ਸ਼ਨੀਵਾਰ ਐਤਵਾਰ ਉਹਦੇ ਕੋਈ ਕੰਮ ਲੱਭ ਲਿਆ ਪੱਕਾ, ਉਹ ਜ਼ਿਆਦਾ ਬੈਟਰ ਰਹਿੰਦਾ। ਅਤੇ ਹੁਣ ਚੱਲਦੇ ਹਾਂ ਜਿੰਮ, ਜਿੰਮ ਦਿਖਾਉਣਾ ਤੁਹਾਨੂੰ ਅੱਜ ਐਂ ਜਾ ਕੇ, ਰੱਬ ਘੱਟ ਹੀ ਜਾਣੇ ਹੁਣ ਉਦੋਂ ਨਾ ਸੰਗੀ ਜਾਊ ਉੱਥੇ ਕਿਤੇ, ਮੈਂ ਪ੍ਰਸੰਗ ਦਾ ਖੋਲ੍ਹਣੀ ਪੈਣੀ ਆ, ਫੂਲ ਵਾਲਾ ਇਸ ਤਰ੍ਹਾਂ ਦਾ ਚੱਲਣਾ ਹੀ ਨਹੀਂ। ਚੱਲ ਮੇਰਾ ਵੀਰ ਯਾਰ ਦਾ ਹੀ ਫੋਨ ਆਇਆ ਪਿਆ, ਦਿਖਾਵਾਂ ਤੁਹਾਨੂੰ, ਕਹਿੰਦੇ ਰਣਜੀਤ ਆ, ਰਣਜੀਤ ਵਟਰ Artlist IO Music Licensing Reimagined. ਇਹ ਉਹਦੇ ਲਈ ਨਾ ਧੱਪਣੇ ਨਾ ਗੱਡੀ ਨਾ ਧੱਪਣ ਲੱਗ ਗਿਆ ਨੇ, ਇੱਥੇ ਧੁੱਪ ਬਹੁਤ ਤੇਜ਼ ਹੁੰਦੀ ਹੈਗੀ, ਅਤੇ ਤਾਂ ਕਰਕੇ ਸਾਰੇ ਲੋਕ ਇਹ ਯੂਜ਼ ਕਰਦੇ, ਸ਼ੀਸ਼ੇ ਦੇ ਮੂਹਰੇ ਲਾ ਜਾਂਦੇ, ਉਹਦੇ ਨਾਲ ਗੱਡੀ ਗਰਮ ਨਹੀਂ ਹੁੰਦੀ ਅੰਦਰੋਂ। ਅਤੇ ਸਾਨੂੰ ਦਿਖਾਉਣਾ ਹੁਣ ਜਿੰਮ ਮੈਂ, ਅੱਜ ਤਾਂ ਮਿਲਣ ਦਾ ਐਤਵਾਰ, ਅੱਜ ਤਾਂ ਗੋਰੇ ਵਿਹਲੇ ਹੋਣਗੇ, ਆਏ ਹੋਣਗੇ ਜਿੰਮ ਜੁੰਮ 'ਚ, ਦੇਖਦੇ ਹਾਂ ਜਾ ਕੇ। ਜਾਦੂ ਆਪਣੇ ਪਾਸ ਲਿਆ, ਪਰ ਜਾਦੂ ਨਾ ਇਹ ਕੀ ਗੱਲ, ਅੰਦਰਲਾ ਜਾਦੂ ਕੱਢਣਾ ਪੈਣਾ, ਕਿਉਂ ਮੰਨ ਲਿਆ ਜਾਦੂ, ਯਾਰ ਜਿੰਮ ਕਿਉਂ ਗੁਰੇ ਜੇ। Artlist IO ਆਪਾਂ ਹੁਣ ਲਾਉਣ ਲੱਗਿਆ, ਮੈਨੂੰ ਪਤਾ ਨਹੀਂ, ਓ ਪਤਾ ਨਹੀਂ ਕੀ ਕਹਿੰਦੇ, ਮੈਂ ਭੁੱਲ ਗਿਆ, ਵੇਟ ਵਾਹਵਾ ਪਾਈ ਬੈਠਾ ਮੈਂ, ਅਤੇ ਹੈਲਪ ਲਈ ਵੀ ਕੋਈ ਹੈ ਨਹੀਂ ਗਾ, ਪਤਾ ਹੀ ਲਾਉਂਗਾ, ਵੇਟ ਜ਼ਿਆਦਾ ਆ ਨਾ ਥੋੜ੍ਹਾ ਜਿਹਾ। ਚਲੋ ਕੋਈ ਗੱਲ ਨਹੀਂ, ਨੈਕਸਟ ਟਾਈਮ ਘਟਾ ਲਾਂਗੇ।
Musiclist.io. ਚੱਲਦੇ ਆ ਘਰੇ ਜਿੰਮ ਨਾਲ ਹੀ ਤੇ ਯਾਰ ਜੇ ਤੁਸੀਂ ਨਹਾਉਣਾ ਇੱਥੇ ਨਹਾ ਵੀ ਸਕਦੇ ਹੋ, ਸ਼ਾਵਰ ਹੁੰਦਾ ਜਿੰਮ ਦੇ, ਹਰ ਇੱਕ ਜਿੰਮ ਵਿੱਚ ਸ਼ਾਵਰ ਹੁੰਦੇ ਆਗੇ, ਕਿਉਂਕਿ ਲੋਕ ਜ਼ਿਆਦਾਤਰ ਕੰਮ ਤੋਂ ਆ ਕੇ ਜਿੰਮ ਜਿੰਮ ਲਾ ਕੇ ਇੱਥੇ ਨਹਾ ਕੇ ਬੰਦੇ ਆ ਕੀ ਹੋ ਗਿਆ ਫਰੇਮ ਹੋ ਕੁਛ ਲਾਉਣ ਲਈ ਆ ਦੇਖੀ ਉਂਗਲਾਂ ਪਤਾ ਕਿਉਂ ਕਰ ਲੈਂਦਾ ਇੱਥੋਂ, ਕਿਉਂਕਿ ਇੱਥੇ ਉਹ ਪਾਇਆ ਹੁੰਦਾ ਗਲਵਜ਼ ਪਾਏ ਹੁੰਦੇ ਆ। ਚਲੋ ਜੀ ਚੱਲੀਏ ਘਰੇ। ਇੱਕ ਲੋਕਾਂ ਦੇ ਘਰਾਂ ਛੱਤਾਂ 'ਤੇ ਵੀ ਆਉਂਦਾ ਇਹੋ ਜਿਹਾ ਵੀ ਧੁੱਪ ਦਾ ਆਪਣਾ ਇੱਕ ਸਪੈਸ਼ਲ ਗੱਡੀਆਂ ਲਿਆਉਂਦਾ, ਲੋਕ ਤਾਂ ਕਹਿੰਦੇ ਪਾਉਣਾ ਛੱਤਾਂ ਵਾਲੀ ਚੱਕੀ ਫਿਰਦਾ। ਲਾ ਦਈ ਆ ਤਿਲ ਪਾਲੋ, ਤਿਲ ਪਾਲੋ ਸੂਈ ਤਾਂ ਗਈ, ਤਿਲ ਪਾਲੋ ਜਮਾਂ ਲਾ ਦਈ ਪਿਆ। ਹੁਣ ਚੱਲਦੇ ਹਾਂ ਅਤੇ ਸਭ ਕੁਝ ਤਿਆਰ ਕਰ ਲਿਆ। ਸਾਰਾ ਕੁਛ ਹੁੰਦਾ ਕੀ ਆ, ਇੱਕ ਪਾਵਰ ਬੈਂਕ ਅਤੇ ਇੱਕ ਬੋਤਲ ਅਤੇ ਸਾਡੇ ਯਾਰ ਪੇਠੇ ਨਾਲ ਗੱਲ ਕਰੋ। ਅਤੇ ਹਾਂਜੀ ਪੇਠਾ ਜੀ, ਅੱਜ ਪੇਠੇ ਨਾਲ ਗੱਲ ਕਰਦੇ ਹਾਂ ਅਤੇ ਵਲੌਗ 'ਚ ਦਿਖਾਵਾਂਗੇ ਪੇਠਾ ਆਇਆ ਮੇਰਾ ਯਾਰ। ਪੀੜ੍ਹ 'ਚ ਕੋਈ ਜ਼ਿਆਦਾ ਪੈਸਾ ਪਾਉਂਦੇ ਨਹੀਂ, ਬਸ ਆਇਆ ਵਿਹਲੇ ਨਾਲ ਕੁਛ ਚੰਗਾ ਹੀ ਹੈਗਾ, ਨਾਲੇ ਆਪਦਾ ਏ ਸੀ ਲਾ ਕੇ ਗੱਡੀ 'ਚ ਤੁਰਦੇ ਫਿਰਦੇ ਰਹਿੰਦਾ ਬੰਦਾ, ਪਤਾ ਲੱਗ ਜਾਂਦਾ ਰੈਸਟੋਰੈਂਟਾਂ 'ਤੇ ਜਾਂਦਾ ਰਹਿੰਦਾ ਨਾ। ਅਤੇ ਪਰ ਬੰਦਾ ਐਂ ਜਦੋਂ ਵੀ ਨਵੀਂ ਚੀਜ਼ 'ਚ ਜਾਂਦਾ ਜਾਂ ਕਿਤੇ ਹੋਰ ਨਰਵਸ ਨਹੀਂ ਹੁੰਦਾ, ਮਤਲਬ ਮੈਂ ਦੇਖਿਆ ਕਦੇ ਕਿਹੋ ਜਿਹਾ ਜਾਂਦਾ ਕਈ ਵਾਰੀ ਆਪਣਾ ਆ ਨਹੀਂ ਹੁੰਦੇ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਆ ਗੈਂਬਲਿੰਗ ਵਾਲੇ ਜਿੱਥੇ ਜੂਆ ਜਾ ਰਹੇ ਖੇਡਦੇ ਆ ਪੋਕਰ ਪਾਕਰ ਜੇ ਏਟ ਵਾਲ ਪੂਲ ਜੋ ਉੱਥੇ ਜੇ ਵੀ ਆਉਂਦੇ ਹੁੰਦੇ ਹੈਗੇ, ਸਾਰੇ ਸਾਰੇ ਤਰ੍ਹਾਂ ਦੇ ਬੰਦਾ ਉਭਰੀ ਰਿਸਕ ਹੁੰਦਾ ਰਹਿੰਦਾ ਅਤੇ ਪਤਾ ਲੱਗਦਾ ਰਹਿੰਦਾ ਗਾ, ਲੋਕਾਂ ਨਾਲ ਮਿਲਦਾ ਰਹਿੰਦਾ, ਅਲੱਗ ਅਲੱਗ ਤਰ੍ਹਾਂ ਦੇ ਮਿਲਦੇ ਆ। ਕਈ ਤਾਂ ਫੜ ਕੇ ਇੱਕ ਵਾਰੀ ਮੈਂ ਫੜਾਉਣ ਗਿਆ, ਔਡਰ ਫੜਾਉਣ ਗਿਆ, ਉਹ ਆਇਆ ਬਾਰ ਖੋਲਿਆ ਫੜ ਕੇ ਅੰਦਰ ਵੱਗ ਗਿਆ, ਮੇਰਾ ਚਿੱਤ ਕਰੇ ਇਹਨੂੰ ਬਾਰ ਖੋਲ ਕੇ ਮੂੰਹ ਕੁੱਟਾਂ ਇਹਦਾ। ਅਤੇ ਵਿੱਚ ਬੰਦੇ ਬਹੁਤ ਘੈਂਟ ਹੁੰਦੇ ਆ, ਵਧੀਆ ਟਿੱਪ ਦਿੰਦੇ ਆ ਵਿਚਾਰੇ, ਵਿੱਚ ਬਹੁਤ ਸਕੀਮੀ ਵੀ ਹੁੰਦੇ ਆ, ਸਕੀਮੀ ਉਹ ਆਏ ਹੁੰਦੇ ਹੈਗੇ। ਇੱਕ ਦਿਨ ਕੀ ਹੋਇਆ, ਗੋਰੀ ਨੇ ਕੀਤਾ ਔਡਰ ਮੰਗਵਾ ਲਿਆ, ਮੁੰਡਾ ਹੀ ਸੀਗਾ, ਅਤੇ ਜਦੋਂ ਮੈਂ ਕੋਲ ਪਹੁੰਚਿਆ ਔਡਰ ਕੈਂਸਲ ਕਰਤਾ, ਅਤੇ ਮੈਨੂੰ ਕਹਿੰਦਾ ਐਂ ਔਡਰ ਕੈਂਸਲ ਕਰਤਾ, ਕਹਿੰਦਾ ਪਰ ਮੈਂ ਤੁਹਾਨੂੰ ਟਿੱਪ ਦੇ ਦਿੰਦਾ, ਮੈਨੂੰ ਲੱਗਦਾ ਸ਼ਾਇਦ ਉਹਨੂੰ ਪੇ ਕਰਨਾ ਨਹੀਂ ਪਿਆ ਹੋਣਾ, ਸ਼ਾਇਦ ਪੱਕਾ ਨਹੀਂ ਪਤਾ ਮੈਨੂੰ। ਅਤੇ ਉਹ ਪੇਠੇ ਸਰਾ ਹੀ ਆ ਨਾ, ਮਾੜਾ ਹੱਸ ਕੇ ਖਾਲੇ, ਮਾੜਾ ਹੱਸ ਕੇ ਹੱਸ ਪਾ, ਮਾੜਾ ਹੱਸ ਪਾ, ਓਏ ਹੱਸ ਪਾ। ਹਾਂ ਹਾਂ ਬਸ ਠੀਕ ਆ, ਚੱਲ ਦੋ ਮਿੰਟ ਪਰੇ ਹੜ ਮਾੜਾ ਆ, ਦਿਖਾਈਏ ਜਨਤਾ ਨੂੰ ਵੀ ਕਿਵੇਂ ਉਬਰੀ ਚੱਲਦੇ ਯਾਰ। ਉਹ ਆ ਵੀ ਆ ਉਬਰੀ, ਸੋ ਯੂ ਹੈਵ ਟੂ ਕਲਿੱਕ ਔਨ ਦਿਸ ਬਟਨ ਐਂਡ ਦੈਨ ਲਾਈਕ ਆਈ ਐਮ ਗੋਇੰਗ ਟੂ ਔਨਲਾਈਨ, ਇਟਸ ਗੋਇੰਗ ਓਪਨ, ਸੋ ਸਟਾਰਟ। ਹਾਂਜੀ ਇਹ ਸਟਾਰਟ ਹੋ ਗਈ ਅਤੇ ਇਸ ਤੋਂ ਬਾਅਦ ਮਤਲਬ ਜਦੋਂ ਵੀ ਆਊਗਾ ਅਤੇ ਆਪਾਂ ਅਸੈਪਟ ਕਰਨੀ ਆ, ਅਤੇ ਉੱਪਰ ਡੋਲਰ ਦੇ ਆ ਗਈ ਹੋ ਗਿਆ। ਹਾਂ ਉੱਪਰ ਡੋਲਰ ਦੇਖ ਲਓ ਕਿੰਨੇ ਆ ਜਾਂਦੇ ਆ, ਕੁਛ ਵੀ ਨਹੀਂ ਆਪਣੇ ਕੋਲ ਹਜੇ, ਬਣਾਵਾਂਗੇ ਬਣਾਉਣ ਨੂੰ ਤਾਂ ਨਿਕਲੇ ਹਾਂ। ਚਲੋ ਜੀ ਆ ਗਿਆ, ਮੈਂ ਵੀ ਇਹ ਉੱਪਰ ਇਹ ਸਟਾਰਟ ਕਰਤਾ ਸੀ ਮੈਂ, ਕਿਉਂਕਿ ਉਹ ਕਈ ਵਾਰੀ ਅੰਦਰ ਹੀ ਸਟਾਰਟ ਕਰਵਾ ਲੈਂਦੇ ਆ ਆਪਣੇ, ਕਈ ਵਾਰੀ ਮੁੰਡੇ ਕੀ ਕਰਦੇ ਆ ਆਰਡਰ ਚੱਕ ਲੈਂਦੇ ਆ ਪਰ ਉਹ ਸਟਾਰਟ ਨਹੀਂ ਕਰਦੇ ਅਤੇ ਆਪ ਹੀ ਖਾ ਜਾਂਦੇ ਹੈਗੇ, ਤਾਂ ਕਰਕੇ ਉਹਨਾਂ ਨੇ ਅੰਦਰ ਹੀ ਸਟਾਰਟ ਕਰਵਾ ਲੈਂਦੇ ਕਈ ਰੈਸਟੋਰੈਂਟ, ਨੈਵੀਗੇਟ ਕਰਤਾ 8 ਕਿਲੋਮੀਟਰ ਸਟਾਰਟ। ਚਲੋ ਜੀ ਆ ਗਿਆ ਔਡਰ ਆਪਣਾ, ਦੋ ਡੈਸ਼ ਵਾਲਾ ਵੀ ਕਈ ਵਾਰੀ ਉਬਰੀਟ ਵਾਲਿਆਂ ਨੂੰ ਜਗਾਉਂਦੇ ਆ, ਗਰੀਬ ਆ ਨਾ ਉਬਰੀਟ ਵਾਲੇ। ਆ ਹੁਣ ਮੈਂ ਪਹੁੰਚ ਗਿਆ ਇੱਥੇ, ਜਿਵੇਂ 32 ਨੰਬਰ ਘਰ ਆ ਗਿਆ, 32 ਨੰਬਰ ਘਰ ਉਹ ਤਾਂ ਆ ਗਿਆ 30 ਨੰਬਰ ਮੇਰੇ ਹਿਸਾਬ ਨਾਲ, ਆਹ ਲਾਸਟ ਵਨ ਵਾਲੀ ਆ ਉਹ ਭਾਣ ਦੇਖੀ ਲੈ ਕਿੱਧਰ ਦੀ, ਮੈਂ ਉੱਤੋਂ ਨਹੀਂ ਆਇਆ, 32 ਨੰਬਰ ਘਰ ਆ ਗਿਆ, ਕਿੱਧਰ ਗਿਆ ਉਹ ਸੀ 32 ਨੰਬਰ ਪਿਆ ਪਿਆ। ਅਤੇ ਹੁਣ ਕਈ ਵਾਰੀ ਇਹ ਜਿਵੇਂ ਫੋਟੋ ਖਿੱਚਣੀ ਹੁੰਦੀ ਆ ਇਕੱਲੀ ਸਕਿੱਪ ਆ ਜਾਂਦਾ, ਕਲਾ ਨੋਟ ਲਿਖ ਕੇ ਮੈਂ ਡਿਲੀਵਰ ਲਿਖ ਕੇ ਉਹ ਕਰ ਦਿੰਦਾ ਉਹਨਾਂ ਤੁਹਾਨੂੰ ਫੜਾਈ, ਜਿਵੇਂ ਉਹ ਠੀਕ ਹੈ ਫੋਟੋ ਅਤੇ ਨੋਟ ਆ ਗਿਆ ਡਿਲੀਵਰ ਕਰਕੇ, ਅਰਨਿੰਗ ਦੇਖ ਲਿਓ ਹੁਣ ਤੁਹਾਡੇ ਵੀਰ ਦੀ ਕਿੰਨੀ ਕੁ ਹੁੰਦੀ ਆ। ਇਹ ਭੇਜਣ ਲੱਗਿਆ ਤਾਂ ਇਹਨਾਂ ਨੂੰ ਟਾਈਮ ਲੱਗ ਗਿਆ, $14 ਦੀ ਹੋਈ ਆ ਇਹ ਟੋਟਲ, ਅੱਜ ਇੱਕ ਡਿਲੀਵਰੀ ਕੰਪਲੀਟ ਹੋਈ ਆ ਅਤੇ ਇਹਨਾਂ ਦੀ ਇਹ ਪੇ ਕਰਦੇ ਹੁੰਦੇ ਆ ਆਪਣੇ ਉਹਦੇ ਹਿਸਾਬ ਨਾਲ ਇਹਦੇ ਡਿਸਟੈਂਸ ਦੇ ਹਿਸਾਬ ਨਾਲ, ਇਸ ਤਰ੍ਹਾਂ ਉਹ ਖੜ ਜਾ ਕਣ ਬੋਲਣਾ, ਇਸ ਤਰ੍ਹਾਂ ਦੇ ਪਹਾੜ ਪਹਾੜਾਂ ਵਾਂਗੂ ਅਤੇ ਸਾਨਾ ਹੁਣ ਕੈਮਰਾ ਨਾ ਲੱਗਿਆ ਹੋਵੇ ਕਿਤੇ ਬਲੌਗ ਚਲਾਣ ਕੱਟ ਦੇਣ। ਇਹ ਮੇਰੇ ਵੀਰੋ ਗ੍ਰੀਨਰੀ ਆਈਡੀ ਵਾਈਟ ਜਿਹੜੀ ਆਉਂਦੀ ਆ ਵਾਈਟ ਲੈਨ, ਇਹਦੇ ਨਾਲ ਆਪਾਂ ਪਾਰਕਿੰਗ ਨਹੀਂ ਲਾ ਸਕਦੇ, ਜਿੱਦਾਂ ਵਾਈਟ ਲੈਨ ਨਹੀਂ ਹੈਗੀ ਨੇ, ਦੇਖੋ ਵਾਈਟ ਲੈਨ ਲੰਘਾ ਕੇ ਪਾਰਕਿੰਗ ਲਗਾਈ ਆ,
ਪੂਰਾ ਪਹਾੜੀ ਇਲਾਕਾ ਆਸਟ੍ਰੇਲੀਆ ਪੋਸਟ ਖਿੱਚ ਖਿੱਚ ਲੈ ਕੇ ਆਉਂਦਾ ਪਿਆ ਆਸਟ੍ਰੇਲੀਆ ਪੋਸਟ ਨੋ ਸਟੈਂਡਿੰਗ ਬਟ ਆਈ ਐਮ ਸਟਿਲ ਵੇਟਿੰਗ ਆ ਕੀ ਬਸ ਆਈ ਫੋਨ ਫੋਨ ਲਾ ਕੇ ਟਾਈਮ ਟਪਾਈ ਜਾਂਦੇ ਹਾਂ ਆ ਕੀ ਕਿੱਧਰ ਗਿਆ ਕਿੱਧਰ ਗਿਆ ਬੀਬੀ ਹਜੇ ਸਟਿਲ ਆਨਲਾਈਨ ਬਟ ਕੋਈ ਉਹ ਨਹੀਂ ਜਿਵੇਂ ਰੈਸਟੋਰੈਂਟ ਵਗੈਰਾ ਇੱਥੇ ਹੈਗੇ ਹੈ ਨਾ ਇੱਥੇ ਆਸੇ ਪਾਸੇ ਜੇ ਦਿਖਾਵਾਂ ਤੁਹਾਨੂੰ ਨਿਕਲ ਕੇ ਬਾਹਰ ਇਹ ਵੀ ਦਿਖਾਉਣਾ ਹੀ ਪੈਣਾ ਐਂ ਹੱਥ ਬੜ ਬੜ ਦਰਦੇ ਹੁਣ ਅਸੀਂ ਕੀ ਕਰੀਏ ਸਾਡਾ ਤਾਂ ਆਪ ਜਿੱਤ ਕਰਦਾ ਅਤੇ ਰੈਸਟੋਰੈਂਟ ਵਗੈਰਾ ਜਿਵੇਂ ਬਾਰਾਂ ਛੁੱਟੀ ਹੋ ਗਈ ਉਹ ਪਰੇ ਆ ਗਿਆ ਵੀ ਰੋਟੀ ਨਾ ਮੰਗਾ ਵੀ ਰੋਟੋ ਬਾਰ ਇਹੋ ਜਿਹਾ ਕੁਛ ਇਹਨਾਂ ਦੇ ਅਤੇ ਉਹ ਮੈਕਡੋਨਲ ਵਗੈਰਾ ਹੋ ਗਿਆ ਅਤੇ ਆ ਸਾਰੇ ਹੋ ਗਏ ਇੱਥੇ ਖੜ ਜਾਂਦੇ ਹਾਂ ਜੋ ਸਾਰੇ ਆ ਕੇ ਫਿਰ ਜਾ ਕੇ ਡਿਲੀਵਰੀ ਆਉਂਦੀ ਆ ਕੇ ਪੌਂਕੀ ਜਾਂਦਾ ਡਿਲੀਵਰੀ ਆਈ ਇਹ ਆਈ 3.5 ਕਿਲੋਮੀਟਰ ਦੀ ਉਹ ਪਿਆ ਦੋ ਕੋਕਾ ਕੋਲਾ ਜਿਹਾ ਅਤੇ ਚੱਲ ਚੱਲਦੇ ਹਾਂ ਇੱਕ ਗੱਲ ਮੈਂ ਹੋਰ ਦੇਖੀ ਆਈਫੋਨ ਦੀ ਇਹ ਜਦੋਂ ਵੀ ਧੁੱਪ ਲੱਗੇ ਹੁੰਦੇ ਨਾ ਜਿਵੇਂ ਇੱਥੇ ਲੱਗਿਆ ਹੁੰਦਾ ਸੀ ਪਹਿਲਾਂ ਇਹ ਗਰਮ ਹੋ ਕੇ ਇਹ ਹੈਂਗ ਹੋਣ ਲੱਗ ਜਾਂਦਾ ਇੱਥੇ ਏ ਸੀ ਚੱਲਦਾ ਰਹਿੰਦਾ ਇੱਥੇ ਨਹੀਂ ਹੈਂਗ ਹੁੰਦਾ ਗਰਮੀ 'ਚ ਹੈਂਗ ਹੋ ਜਾਂਦਾ ਆਈਫੋਨ ਚਲ ਭਰੀ ਜਾਂਦੇ ਆ ਗੋਰੇ ਨਹਾਈ ਜਾਂਦੇ ਅੰਦਰ ਸਵਿਮਿੰਗ ਪੂਲ ਦੇ ਵਿੱਚ ਦਿਖਾਵਾਂ ਤੁਹਾਨੂੰ ਚਿੱਲ ਮਾਰਦੇ ਆ ਪੂਰਾ ਇਹ ਇਸ ਤਰ੍ਹਾਂ ਡਿਲੀਵਰੀ ਹੁੰਦੀ ਨਾ ਜਿਵੇਂ ਆਈ ਜਾਂਦੇ ਨਾ ਇਹ ਨੰਗੀ ਤਰੀ ਜਾਂਦੀ ਹੈ ਉਹ ਹੋ ਜੂ 19 ਕਿਲੋਮੀਟਰ ਆ 13 ਦੀ ਉਹ ਡਿਲੀਵਰੀ ਆ ਅਤੇ ਸਿਲੈਕਟ ਕਰ Artlist IO Music Licensing Reimagined. ਸਮ ਟਾਈਮ ਕੀ ਹੁੰਦਾ ਸੁਣਨਾ ਡਿਲੀਵਰੀ ਬਹੁਤ ਦੂਰ ਜਿਵੇਂ 1700 ਕਿਲੋ 17 ਕਿਲੋਮੀਟਰ ਦੇ ਤਾ ਅਤੇ ਇਹ ਹੈਗਾ ਇੱਕ ਪਿੰਡ ਹੈਗਾ ਅਤੇ ਉਹ ਤੂੰ ਮਰ ਜਾ ਇਹੋ ਜਿਹਾ ਕਮੈਂਟ ਖੜ ਜਾ ਅਤੇ ਇਹ ਇੱਕ ਜਿਵੇਂ ਪਿੰਡ ਹੈਗਾ 17 ਕਿਲੋਮੀਟਰ ਉੱਧਰ ਮਤਲਬ ਕੋਈ ਐਡੇ ਰੈਸਟੋਰੈਂਟ ਵਗੈਰਾ ਹੈ ਨਹੀਂ ਉੱਧਰੋਂ ਫਿਰ ਦੁਬਾਰਾ ਮੁੜ ਕੇ ਆਉਣਾ ਪੈਂਦਾ ਤਾਂ ਕਰਕੇ ਇਸ ਤਰ੍ਹਾਂ ਹੀ ਮਤਲਬ ਜ਼ਿਆਦਾ ਕੋਈ ਬੈਨੀਫਿਟ ਨਹੀਂ ਹੈਗਾ ਜਿਵੇਂ ਲੰਬੀਆਂ ਡਿਲੀਵਰੀਆਂ ਹੁੰਦੀਆਂ ਨਾ ਉੱਧਰ ਕੋਈ ਜਿਵੇਂ ਰੈਸਟੋਰੈਂਟ ਵਗੈਰਾ ਨਹੀਂ ਹੈਗਾ ਸਾਨੂੰ ਉੱਧਰ ਹੀ ਘੁਮਾਈ ਜਾਣਗੇ ਸਾਨੂੰ ਇੱਧਰ ਜਦੋਂ ਉੱਧਰ ਡਿਲੀਵਰੀ ਆਉਣੀ ਨਹੀਂ ਫਿਰ ਸਾਨੂੰ ਦੁਬਾਰਾ ਫਿਰ ਇੱਧਰ ਆਉਣਾ ਪੈਣਾ ਅਤੇ ਉਹਨਾਂ ਦੇ ਫਿਰ ਤੇਲ ਮੁੱਕ ਜਾਂਦਾ ਤਾਂ ਕਰਕੇ ਸਾਨੂੰ ਮੈਂ ਕਹਿੰਦਾ ਸੀ ਕੋਈ ਜ਼ਿਆਦਾ ਬੈਨੀਫਿਟ ਵਾਲੀ ਗੱਲ ਹੈ ਨਹੀਂ ਉਬਰ ਈਟਸ 'ਚ 35 ਸਿੱਧੀ ਲੱਗ ਗਿਆ 35-30 ਮਿੰਟਾਂ ਬਾਅਦ ਡਿਲੀਵਰੀ ਆਈ ਅਤੇ ਉਹ ਵੀ ਦੋ ਘਰਾਂ ਦੀ ਆਈ ਇੱਥੇ ਨੇੜੇ ਤੇੜੇ ਜੇ ਇੱਧਰ ਆਉਣ ਦਾ ਤਾਂ ਫਾਇਦਾ ਨਹੀਂ ਗਾ ਜਿਵੇਂ ਕੁਐਸਟ ਵੀ ਆ ਜਾਂਦੇ ਹੁੰਦੇ ਆ ਜਿਵੇਂ ਤੁਸੀਂ ਕੰਪਲੀਟ 10 ਮੋਰ ਟ੍ਰਿਪਸ ਟੂ ਮੇਕ ਆ 50 ਐਕਸਟਰਾ 50 ਹੋਰ ਮਿਲ ਜਾਣਗੇ ਪਰ ਇਹ ਸਮ ਟਾਈਮ ਹੀ ਹੁੰਦੇ ਆ ਕਈ ਵਾਰੀ ਜਿਵੇਂ ਜ਼ਿਆਦਾ ਵੱਡੇ ਆ ਜਾਂਦੇ ਆ ਜਿਵੇਂ ਆਹ ਲਿਖਿਆ ਵੀ 25 ਡਿਲੀਵਰੀ 'ਤੇ ਸਾਨੂੰ 50 ਐਕਸਟਰਾ ਮਿਲਣਗੇ ਅਤੇ ਆਹ ਆ ਗਿਆ ਜਿਵੇਂ 9 ਮਿਲਣਗੇ ਐਕਸਟਰਾ 3 ਕੰਪਲੀਟ ਕਰਨ 'ਤੇ ਟਾਈਮਿੰਗ ਦਿੱਤੀ ਹੁੰਦੀ ਵੀ ਇੰਨੇ ਦੇਰ ਤੋਂ ਪਹਿਲਾਂ ਕਰਨੇ ਹੁੰਦੇ ਆ ਸਮ ਟਾਈਮ ਜਿਵੇਂ ਹੁਣ ਇਹ 25 ਡਿਲੀਵਰੀ ਆ ਗਈਆਂ ਹੈ ਨਾ 25 ਡਿਲੀਵਰੀ ਦੇ ਵਿੱਚ 25 ਡਿਲੀਵਰੀ ਕਰਨ 'ਤੇ ਘੱਟੋ ਘੱਟ 2.5 ਦਿਨ 3 ਦਿਨ ਗਵਾਏ ਲੱਗ ਜਾਂਦੇ ਕਿਉਂਕਿ ਇੱਕ ਦਿਨ ਦੇ ਵਿੱਚ ਵੱਧ ਤੋਂ ਵੱਧ ਬੰਦਾ ਮੈਨੂੰ ਲੱਗਦਾ 15 ਡਿਲੀਵਰੀਆਂ ਕਰ ਸਕਦਾ 8-12 ਘੰਟੇ ਵੀ ਲਾ ਕੇ ਅਤੇ ਆਪਾਂ ਨੂੰ ਮਿਲਣੇ ਆਪਾਂ ਹਜੇ ਤੱਕ 5 ਕੀਤੀਆਂ ਅਤੇ ਨਹੀਂ $247 ਹੋਏ ਵੇ ਆ ਇਹ ਆਏ ਹਫ਼ਤੇ ਆਪਣੇ ਆਪ ਹੀ ਕੱਟੇ ਜਾਂਦੇ ਰਹਿੰਦੇ ਆ ਆਪਣੇ ਆਪ ਕੱਟੇ ਨਹੀਂ ਮਤਲਬ ਆਪਣੇ ਆਪ ਪੇ ਕਰ ਦਿੰਦੇ ਆਪਣੇ ਅਕਾਊਂਟ 'ਚ ਸਾਰਾ ਆਇਆ ਟੋਟਲ 13 ਘੰਟੇ 55 ਮਿੰਟ ਮਤਲਬ ਟੋਟਲ ਹੁਣ 23 ਜਨਵਰੀ ਤੋਂ 30 ਜਨਵਰੀ ਦਾ 13 ਘੰਟੇ 55 ਮਿੰਟ ਆਨਲਾਈਨ 28 ਡਿਲੀਵਰੀ 'ਚ ਕੰਪਲੀਟ ਹੋਈਆਂ ਅਤੇ ਬੈਗ ਤਾਂ ਬਣੇ ਸੀਗੇ $216 ਪਰ ਪ੍ਰਮੋਸ਼ਨ ਮਤਲਬ ਉਹਨੂੰ ਇਹਨੂੰ ਕੀ ਕਹਿੰਦੇ ਆ ਟਿਪ ਨੂੰ ਕਹਿੰਦੇ ਆ $21 ਮੇਰੇ ਟੋਟਲ ਮੈਨੇ $237 ਅਤੇ ਕਿੱਧਰ ਗਿਆ ਉਹ ਵੀ ਕਿੰਨਾ ਚਿਰ ਆਨਲਾਈਨ ਰਹਿ ਸਕਦਾ ਮੈਂ ਸਾਰਾ ਆ ਗਿਆ
ਜਿਵੇਂ ਸਾਨੂੰ ਉਹ ਟੋਲ ਵੀ ਪੇ ਕਰਦੇ ਆ। ਆਹ ਦੇਖੋ ਕੱਲ੍ਹ ਟੋਲ ਆਇਆ ਸੀਗਾ $1 ਇਹ, ਅਤੇ ਵਿੱਚ ਇਹਨਾਂ ਨੇ ਇਹ ਟੋਲ ਪੇ ਕੀਤਾ, ਆਟੋਮੈਟਿਕਲੀ ਪੇ ਕਰ ਦਿੰਦੇ ਆ। ਫਿਰ ਅੱਧਾ ਘੰਟਾ ਹੋ ਗਿਆ ਹਜੇ ਤੱਕ ਕੋਈ ਡਿਲੀਵਰੀ ਨਹੀਂ ਆਈ, ਅਤੇ ਹੁਣ ਘਰ ਨੂੰ ਹੀ ਚੱਲਦੇ ਹਾਂ। ਘਰ ਨੂੰ ਤਾਂ ਰਾਹ ਜਾਣ ਦਿਖਾਉਂਗਾ। ਅਤੇ ਘੋੜੇ ਘਾੜੇ ਸੀਗੇ, ਪਿੰਡ ਆਏ ਨਾ, ਪਿੰਡਾਂ ਦੇ ਵਿੱਚ ਘੋੜੇ ਘੜੇ ਰੱਖਿਆ ਹੁੰਦਾ ਖੁੱਲ੍ਹੇ ਖੁੱਲ੍ਹੇ ਘਰ ਹੁੰਦੇ, ਦੇਖਦੇ ਜੇ ਮਿਲਿਆ ਤਾਂ ਦਿਖਾਵਾਂਗੇ ਯਾਰ। ਮਾੜੀ ਗੱਲ ਆ, ਹੁਣ ਇੱਥੇ ਡਿਲੀਵਰੀ ਆਈ ਨਹੀਂ ਕੋਈ, ਅਤੇ ਹੁਣ ਉੱਧਰ ਨੂੰ ਫੇਰ ਮੁੜਨਾ ਪਊਗਾ ਇੱਥੇ। ਉਦੋਂ ਬਾਅਦ ਜਿਹੜਾ ਪਿੰਡ ਆਇਆ ਸੀਗਾ ਉਹ ਪਿੰਡ ਦੇ ਡਿਲੀਵਰੀਆਂ ਕਰਕੇ, ਅਤੇ ਦੋ ਡਿਲੀਵਰੀਆਂ ਆਈਆਂ ਸੀ, ਉਹ ਆਹੀ ਘਰ ਆਇਆਂ 'ਚ ਆਈਆਂ ਸੀਗੀਆਂ, ਉੱਥੇ ਹੀ ਖੜ੍ਹਾ ਮੈਂ ਜੀ। ਅਤੇ ਫੋਨ ਜੁੜਿਆ ਜੇ, ਫੋਨ ਦਾ ਕਵਰ ਜੁੜਿਆ, ਤਾਂ ਕਰਕੇ ਇੱਥੇ ਹੀ ਖੜ੍ਹਾ ਮੈਂ। ਹੁਣ ਘਰ ਨੂੰ ਚੱਲਦੇ ਹਾਂ, ਘਰ ਨੂੰ ਜਾਂਦੇ ਹੋਏ ਜੇ ਕੋਈ ਆਉਂਦੀ ਹੋਈ ਤਾਂ ਕਰ ਲਾਂਗੇ ਸਟਾਰਟ, ਨਹੀਂ ਅਦਰਵਾਈਜ਼ ਘਰ ਜਾ ਕੇ ਚਾਹ ਚੂ ਪੀਂਦੇ ਹਾਂ। ਇਹ ਸਾਰੇ ਇੱਧਰ ਪਿੰਡਾਂ 'ਚ ਰਹਿ ਗਏ, ਜਿਵੇਂ ਸਾਰਿਆਂ ਕੋਲ ਘੋੜੇ ਘਾੜੇ ਜੇ, ਇੱਧਰ ਉਹ ਖੜ੍ਹਾ ਇੱਕ। ਕੋਟਾ ਡਰਾਵਣਾ ਜਿਹਾ ਲੱਗਦਾ ਵਾ। ਘਰ ਦੇ ਕਿੱਥੇ ਗਏ ਉਹ, ਪੁੱਛੋ ਜਾ ਕੇ ਘਰ। ਮੋੜ ਲਈ ਹੈ ਨਾ, ਗਾਹਾਂ ਤੋਂ ਦਿਖਾਈ ਜਾਂਦਾ ਵੀ ਇੱਦਾਂ ਤਾਂ ਮੁੜਨਾ ਹੀ ਪੈਣਾ, ਕਿੱਧਰ ਨੂੰ ਮੂੰਹ ਚੱਕ ਕੇ ਲਈ ਜਾਣਾ। ਹਾਂਜੀ ਦੇਖੋ, ਜਿਵੇਂ ਅੱਜ 29 ਤਰੀਕ ਨਾ, ਅੱਜ ਟੋਟਲ ਹੁਣ ਤੱਕ ਬਣ ਗਏ 321। ਇਹ ਹੈਗਾ 23 ਜਨਵਰੀ ਤੋਂ 30 ਤੱਕ, 30 ਜਨਵਰੀ ਤੱਕ, ਅਤੇ ਅੱਜ ਜਿਵੇਂ 29 ਤਰੀਕ ਆ, ਅੱਜ ਜਿਵੇਂ 29 ਤਰੀਕ ਆ, ਅਤੇ ਇਹਦੇ ਵਿੱਚ ਦੇਖੋ 4 ਘੰਟੇ ਮਤਲਬ 5 ਘੰਟਿਆਂ ਦੀ 8 ਟ੍ਰਿਪ ਪੂਰੀਆਂ ਕੀਤੀਆਂ ਹੋਏ, ਅਤੇ $66 ਊਂ ਪੈਸੇ ਬਣੇ ਸੀਗੇ, ਅਤੇ ਇਹ ਬਣ ਗਏ $59 ਇਹ ਹੋ ਗਏ, ਟੋਟਲ ਹੋ ਗਏ $125 ਹੋ ਗਿਆ ਇਸਦੇ। ਅਤੇ ਇਹ $69 ਤਾਂ ਆ ਗਏ ਕਿਉਂਕਿ ਪਹਿਲਾਂ ਜਿਹੜੀ ਪਹਿਲਾਂ ਕੁਐਸਟ ਆਈ ਸੀ ਮੈਨੂੰ ਵੀ ਤੁਸੀਂ 25 ਪੂਰੇ ਕਰੋ $50 ਦੇਵਾਂਗੇ, ਉਹ ਵਾਲੀ ਪੂਰੀ ਕੰਪਲੀਟ ਹੋ ਕੇ ਉਹ ਆਇਆ ਨਹੀਂ। ਅਦਰਵਾਈਜ਼ ਤਾਂ ਸਾਨੂੰ ਜਿਵੇਂ 66 ਬਣੇ ਆ, ਇੰਨੇ ਕੀ ਬਣਦੇ ਹੁੰਦੇ, 5 ਘੰਟਿਆਂ ਮੈਂ 66 ਬਣੇ ਆਗੇ। ਅਤੇ ਹੁਣ ਜਿਵੇਂ ਨਵੀਂ ਇੱਕ ਹੋਰ ਕੁਐਸਟ ਆਈ ਪਈ ਆ, ਜਿਵੇਂ ਵੀ 3 ਕੰਪਲੀਟ ਕਰੋ 11 ਦੇਵਾਂਗੇ, ਇਸ ਤੋਂ ਬਾਅਦ ਜਿਵੇਂ ਆਊਗੀ 3 ਹੋਰ ਕੰਪਲੀਟ ਕਰੋ 15 ਦੇਵਾਂਗੇ, ਐਂ ਲਾਲਚ ਦੇ ਕੇ ਲਾਈ ਰੱਖਦਿਆਂ ਮੇਰੇ ਵਰਗਿਆਂ ਨੂੰ ਕੰਮ 'ਤੇ। ਅਤੇ ਅੱਜ ਦੇ ਲਈ ਇੰਨਾ ਹੀ, ਚਲੋ ਠੀਕ ਆ ਜੀ, ਬਾਏ, ਗੁੱਡ ਨਾਈਟ। ਦੇਖ ਲਓ ਤੇਲ ਫੇਰ ਥੱਲੇ ਵੱਜਿਆ। ਹਾਂਜੀ, ਅਤੇ ਅੱਜ ਬਸ ਵਲੌਗ ਇੱਥੇ ਹੀ ਖਤਮ ਕਰਦੇ ਹਾਂ, ਜਾ ਕੇ ਐਡੀਟਿੰਗ ਡੂਟਿੰਗ ਵੀ ਕਰਨੀ ਆ ਫਿਰ, ਐਡੀਟਿੰਗ ਦਿੰਦੇ ਹਾਂ ਪ੍ਰੋਫੈਸ਼ਨਲ, ਜਾ ਕੇ ਐਡੀਟਿੰਗ ਵੀ ਕਰਨੀ ਆ, ਅਤੇ ਜਾ ਕੇ ਰੋਟੀ ਖਾਣਾ ਮੈਂ, ਦੇਖਦਾ ਰਮਣੇ ਆ ਗਏ, ਰਮਣੇ ਤਾਂ ਪਰ ਲੇਟ ਆਊਗੇ ਹੈ ਨਾ, ਅਤੇ ਜਾ ਕੇ ਸੌਣਾ ਮੈਂ, ਕੱਲ੍ਹ ਫਿਰ ਕੰਮ 'ਤੇ ਵੀ ਜਾਣਾ ਹੈਗਾ। ਅਤੇ ਧੰਨਵਾਦ ਤੁਹਾਡੇ ਸਾਰੇ ਵੀਰਾਂ, ਸਾਰੇ ਭਰਾਵਾਂ ਦਾ, ਸਾਰੇ ਰਿਸ਼ਤੇਦਾਰਾਂ ਦਾ, ਰਿਸ਼ਤੇਦਾਰਾਂ ਯਾਰ ਦੋਸਤਾਂ ਦਾ। ਬਸ ਯਾਰ ਉਹ ਤੁਹਾਡੇ ਲਈ ਬਣਾਉਣਾ ਵਲੌਗ, ਹੋਰ ਕੋਈ ਆਪਣਾ ਔਡੀਅੰਸ ਤਾਂ ਨਹੀਂ ਇੰਨਾ ਕੋਈ, ਬਸ ਦੇਖ ਕੇ ਖੁਸ਼ ਹੋ ਜਾਂਦਾ, ਮਾਂ ਪਿਓ ਖੁਸ਼ ਹੋ ਜਾਂਦੇ, ਰਿਸ਼ਤੇਦਾਰ ਖੁਸ਼ ਹੋ ਜਾਂਦੇ, ਯਾਰ ਦੋਸਤ ਖੁਸ਼ ਹੋ ਜਾਂਦੇ, ਗੱਗਰ ਗਏ, ਅਤੇ ਹੋਰ ਬਥੇਰੇ ਵਰਿੰਦਰ ਵਰਗੇ ਵੀ ਕਹਿੰਦੇ ਬਾਈ ਵਲੌਗ ਵਲੂਗ ਪਾਇਓ, ਪਾਉਂਦੇ ਹਾਂ ਬਾਈ, ਤੁਹਾਡੀ ਖਾਤਰੀ ਫਿਰਦੇ ਹਾਂ ਜੀ। ਅਤੇ ਠੀਕ ਆ ਬਾਈ, ਬਹੁਤ ਸਾਰਾ ਪਿਆਰ ਦੇਣ ਲਈ ਧੰਨਵਾਦ ਤੁਹਾਡਾ, ਜੈ ਹੋ।